ਪੰਜਾਬੀ ਫਿਲਮ ਚਿੜੀਆਂ ਦਾ ਚੰਬਾ ਦਾ ਪੋਸਟਰ ਆਇਆ ਸਾਹਮਣੇ ਹਾਲੇ ਦੇ ਵਿੱਚ ਫਿਲਮ ਦੀ ਅਨਾਉਂਸਮੈਂਟ ਹੋਈ ਹੈ ਤੇ ਫਿਲਮ ਦਾ ਹੁਣ ਪੋਸਟਰ ਵੀ ਆ ਚੁੱਕਿਆ ਹੈ ਸਾਹਮਣੇ ਤੇ ਫਿਲਮ ਦੀ ਪਰਟੀਕੂਲਰ ਰੀਲੀਜ਼ ਡੇਟ ਵੀ ਸਾਂਝੀ ਕਰ ਦਿੱਤੀ ਗਈ ਹੈ ਫਿਲਮ ਦਾ ਨਾਮ ਹੈ ਚਿੜੀਆਂ ਦਾ ਚੰਬਾ ਫਲੌਕ ਆਫ ਸਪੈਰੋਜ਼ ਸੋ ਇਸ ਦੀ ਟੈਗਲਾਈਨ ਹੈ ਇੱਕ ਪਰਵਾਜ਼ ਤੇ ਇਤਿਹਾਸ ਬਣਨ ਦਾ ਸਫ਼ਰ ਸੋ ਜਿਵੇਂ ਕਿ ਫਿਲਮ ਦਾ ਨਾਮ ਦਰਸਾਉਂਦਾ ਹੈ ਇਸ ਤੋਂ ਲੱਗ ਰਿਹਾ ਹੈ ਕਿ ਫਿਲਮ ਹੈ ਜਿਹੜੀ ewomen ओरिएंटेड ਹੋਣ ਵਾਲੀ ਹੈ ਤੇ ਇਸ ਫਿਲਮ ਦੇ ਵਿੱਚ ਸਾਨੂੰ ਮੇਨ ਲੀਡ ਸਟਾਰ ਕਾਸਟ ਹੈ ਜਿਹੜੀ ਉਹ ਫੀਮੇਲ ਲੀਡ ਹੀ ਦਿਖਾਈ ਦੇਵੇਗੀ ਲੇਕਿਨ ਫਿਲਹਾਲ ਇਸ ਚੀਜ਼ ਦੇ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਹੋਈ ਹੈ ਕਿਉਂਕਿ ਇਸ ਫਿਲਮ ਦੇ ਪੋਸਟਰ ਦੇ ਉੱਤੇ ਹਾਲੇ ਸਟਾਰ ਕਾਸਟ ਦਾ ਨਾਮ ਰਿਵੀਲ ਨਹੀਂ ਕੀਤਾ ਗਿਆ ਸੋ ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਸਾਨੂੰ ਨਜ਼ਰ ਆਉਣ ਵਾਲੇ ਨੇ ਅਮਾਇਰਾ ਦਸਤੂਰ ਜੀ ਹਾਂ ਅਮਾਇਰਾ ਦਸਤੂਰ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਸਾਨੂੰ ਨਜ਼ਰ ਆਉਣਗੇ ਸ਼ਿਵਜੋਤ ਜਿਨ੍ਹਾਂ ਦਾ ਆਫੀਸ਼ੀਅਲੀ ਪਾਲੀਵੁੱਡ ਇੰਡਸਟਰੀ ਦੇ ਵਿੱਚ ਐਜ਼ ਐਨ ਐਕਟਰ ਡੈਬਿਊ ਹੋਵੇਗਾ ਐਨਾਈ ਨਹੀਂ ਸ਼ਰੀਕ ਟੂ ਕਰ ਚੁੱਕੇ ਰਨ ਕੋਰ ਵੀ ਫਿਲਮ ਦੇ ਵਿੱਚ ਨਜ਼ਰ ਆਉਣਗੇ ਤੇ ਮਹਿਨਾਜ਼ ਮਾਨ ਵੀ ਇਸ ਫਿਲਮ ਦੇ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਇਸ ਤੋਂ ਇਲਾਵਾ ਨੀਹਾ ਪਵਾਰ ਤੇ ਪ੍ਰਭ ਗਰੇਵਾਲ ਵਰਗੇ ਵੱਡੇ ਨਾਮ ਵੀ ਸ਼ਾਮਿਲ ਨੇ ਸੋ ਜਿਵੇਂ ਕਿ ਅਸੀਂ ਅੰਦਾਜ਼ਾ ਲਗਾਇਆ ਹੈ ਕਿ ਫਿਲਮ ਦੀ ਜਿਹੜੀ ਸਟਾਰ ਕਾਸਟ ਹੈ ਫੀਮੇਲ ਲੀਡ ਹੀ ਹੋਣ ਵਾਲੀ ਹੈ ਤੇ ਫਿਲਮ ਦੇ ਜਿਹੜੇ ਡਾਇਰੈਕਟਰ ਨੇ ਪ੍ਰੇਮ ਸਿੰਘ ਸਿੱਧੂ ਉਹਨਾਂ ਦੇ ਵੱਲੋਂ ਇਸ ਫਿਲਮ ਦਾ ਪੋਸਟਰ ਸਾਂਝਾ ਕਰ ਦਿੱਤਾ ਗਿਆ ਤੇ ਦੱਸਦੀ ਹੈ ਕਿ ਫਿਲਮ ਦੀ ਪੂਰੀ ਟੀਮ ਨੂੰ ਟੈਗ ਕੀਤਾ ਗਿਆ ਹੈ ਜਿੱਤੇ ਕਿ ਅਸੀਂ ਵੇਖ ਸਕਦੇ ਹਾਂ ਕਿ ਪੋਸਟਰ ਤੇ ਬੇਸ਼ੱਕ ਸਾਨੂੰ ਨਾਮ ਖਾਲੇ ਤੱਕ ਸਟਾਰ ਦੇ ਵੇਖਣ ਨੂੰ ਨਹੀਂ ਮਿਲੇ ਨੇ ਲੇਕਿਨ ਪ੍ਰੇਮ ਸਿੱਧੂ ਦੇ ਵੱਲੋਂ ਪੂਰੀ ਟੀਮ ਨੂੰ ਟੈਗ ਕਰ ਦਿੱਤਾ ਗਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਫਿਲਮ ਦੇ ਵਿੱਚ ਸਾਨੂੰ ਨਜ਼ਰ ਆਉਣਗੇ ਅਮਾਇਰਾ ਦਸਤੂਰ, ਸ਼ਿਵਜੋਤ ਸ਼ਰਣਕੌਰ, ਨੀਹਾ ਪਵਾਰ, ਪ੍ਰਭ ਗਰੇਵਾਲ ਵਰਗੇ ਆਰਟਿਸਟਸ ਸੋ ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕ ਇਸ ਫਿਲਮ ਨੂੰ ਪਸੰਦ ਕਰਨਗੇ ਸੋ ਫੀਮੇਲ ਓਰੀਐਂਟਡ ਫਿਲਮ ਹੋਣ ਵਾਲੀ ਹੈ ਇਹਨਾ ਤਾਂ ਪਤਾ ਲੱਗ ਚੁੱਕਿਆ ਹੈ ਫਿਲਮ ਦੀ ਸਟਾਰ ਕਾਸਟ ਤੇ ਫਿਲਮ ਦੇ ਨਾਮ ਨੂੰ ਵੇਖ ਕੇ ਦੱਸਦੀ ਹੈ ਕਿ ਫਿਲਮ ਦੀ ਕਹਾਣੀ ਨੂੰ ਪ੍ਰੇਮ ਸਿੰਘ ਸਿੱਧੂ ਹੋਰਾਂ ਨੇ ਹੀ ਲਿਖਿਆ ਹੈ ਤੇ ਇਸ ਫਿਲਮ ਨੂੰ ਡਾਇਰੈਕਟ ਵੀ ਪ੍ਰੇਮ ਸਿੰਘ ਸਿੱਧੂ ਨਹੀਂ ਕੀਤਾ ਹਾਲੀ ਦੇ ਵਿੱਚ ਪ੍ਰੇਮ ਸਿੰਘ ਸਿੱਧੂ ਨੇ ਇਸ ਫਿਲਮ ਦੀ ਸ਼ੂਟਿੰਗ ਦੀਆਂ ਕੁਝ ਝਲਕਾਂ ਵੀ ਸਾਂਝੀਆਂ ਕੀਤੀਆਂ ਸਨ ਤੇ ਫਿਲਮ ਦੀ ਕਲਾਪ ਦੇ ਨਾਲ ਇੱਕ ਵੀਡੀਓ ਕਲਿੱਪ ਵੀ ਸਾਂਝੀ ਕੀਤੀ ਸੀ ਪ੍ਰੇਮ ਸਿੰਘ ਸਿੱਧੂ ਜਗਜੀਤ ਸੰਧੂ ਦੇ ਨਾਲ ਪਹਿਲਾਂ ਪਲੀਜ਼ ਕੱਲ ਮੀ ਵਰਗੀਆਂ ਫਿਲਮਾਂ ਬਣਾ ਚੁੱਕੇ ਨੇ ਦਰਸ਼ਕ ਇਹਨਾਂ ਨੂੰ ਪਸੰਦ ਕਰਦੇ ਨੇ ਤੇ ਦੱਸ ਦਈਏ ਤੇ ਹੁਣ ਉਹ ਲੈ ਕੇ ਆਉਣ ਵਾਲੇ ਨੇ ਚਿੜੀਆਂ ਦਾ ਚੰਬਾ ਜਿਸ ਨੂੰ ਦਰਸ਼ਕ ਬੇਸਬਰੀ ਦੇ ਨਾਲ ਉਡੀਕ ਰਹੇ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ ਡਿੰਪਲ ਖਰੋੜ ਤੇ ਅਭੇਦੀਪ ਸਿੰਘ ਮੁੱਤੀ ਦੇ ਵੱਲੋਂ ਫਿਲਮ ਨੂੰ ਪ੍ਰੈਜ਼ੈਂਟ ਕਰਨ ਨੇ ਕਰੋਡ ਫਿਲਮਸ ਐਲ ਐਲ ਪੀ ਐਂਡ ਫਰੂਟ ਚਾਟ ਐਂਟਰਟੇਨਮੈਂਟ ਯਾਨੀ ਕਿ ਨਾ ਬੈਨਰਸ ਹੀਟੇ ਫਿਲਮ ਰਿਲੀਜ਼ ਹੋਣ ਵਾਲੀ ਹੈ ਵਰਲਡ ਵਾਈਡ ਡਿਸਟ੍ਰੀਬਿਊਸ਼ਨ ਕੀਤੀ ਜਾ ਰਹੀ ਹੈ ਓਮਜੀ ਸਟਾਰ ਸਟੂਡੀਓਜ਼ ਦੇ ਵੱਲੋਂ ਤੇ ਉੱਥੇ ਹੀ ਇਹ ਫਿਲਮ ਦੀ ਰਿਲੀਜ਼ ਡੇਟ ਦੀ ਗੱਲ ਕਰੀਏ ਤੇ ਇਹ ਫਿਲਮ 18 ਅਗਸਤ 2023 ਯਾਨੀ ਕਿ ਅਗਲੇ ਮਹੀਨੇ ਨੂੰ ਹੀ ਸਿਨੇਮਾ ਘਰਾਂ ਦੇ ਵਿੱਚ ਆਉਣ ਵਾਲੀ ਹੈ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਸੈਕਸ਼ਨ ਚ ਜ਼ਰੂਰ ਦੱਸੋ ਫੀਮੇਲ ਓਰੀਐਂਟਡ ਫਿਲਮਾਂ ਤੁਹਾਨੂੰ ਕਿਹੋ ਜੀਆਂ ਲੱਗਦੀਆਂ ਨੇ ਵੀ ਦੱਸਣਾ ਬਿਲਕੁਲ ਨਾ ਭੁੱਲਣਾ ਚੜੀਆਂ ਦੇ ਚੰਬੇ ਲਈ ਕਿੰਨੇ ਐਕਸਾਈਟਿ ਦੇ ਵਿੱਚ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਨਾ ਹੀ ਤੇ ਪੋਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ